सीधे गात्रे पाओ सीधे हेलो हेलो अरे क्या पड़े को कौन त्या हूं निकल जा कर नहर में ही कैमरे फड़े ना पाला इतना क्रॉस करके पाला मारे गल च हूं इतना करना वा हूं आपा गल नहीं करनी कोई ओ बाबा जी बाबा जी की बंद कर दी हां पछो तो कैमरे ले लो मेरी गल सुन आपा इनना गल नहीं करनी कोई अज ਬਾਬਾ ਜੀ ਇਹਨਾਂ ਨੂੰ ਇੱਥੇ ਕਰਾਇਆ ਨਾ ਇਹਨਾਂ ਨੂੰ ਉਧਰਲੇ ਬੰਨੇ ਸੁੱਟੋ ਸਾਰੇ ਉਧਰਲੇ ਬੰਨੇ ਤੁਹਾਡੇ ਬੰਦੇ ਕਿੱਥੇ ਸਾਡੇ ਭਲਾਈ ਕੋਲ ਹੀ ਨਹੀਂ ਆ ਬਾਕੀ ਕਿੱਥੇ ਤੁਹਾਡੇ ਬੰਦੇ ਤੂੰ ਕੀ ਕਹਿਣ ਡਿਆ ਬਾਈ ਸਾਰੇ ਅਲੱਗ ਤੂੰ ਕਹਿਣਾ ਤੈਨੂੰ ਹੁਣੇ ਕੀ ਕਿਹਾ ਮੈਂ ਯਾਰ ਬਹੁਤ ਕੰਪਲੇਂਟਾਂ ਆਉਂਦੀਆਂ ਯਾਤਰੀ ਨਹੀਂ ਮੈਂ ਬਿਠਾ ਜਾਂ ਫਿਰ ਕਰ ਲਿੰਗ ਬਾਬਾ ਜੀ ਨਾਲ ਗੱਲ ਨਹੀਂ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਉੱਥੇ ਉਹ ਚੌਂਕ 'ਚ ਜਾਓ ਪਰੇ ਉਹਨਾਂ ਨੂੰ ਕਹਿ ਦਿਓ ਕੁੜੀਆਂ ਨੂੰ ਵੀ ਕਹਿ ਦਿਓ ਵੀ ਐਨ ਨੂੰ ਨਹੀਂ ਆਉਣਾ ਚਲੋ ਉਧਰ ਭਾਜੋ ਜੋ ਮੇਰੇ ਵੀ ਕਤੀੜ ਹੈ ਨਾ ਸਾਰੀ ਨਿਕਲ ਜੋ ਬਹੁਤ ਵਿਛਾਉਣੇ ਨਹੀਂ ਤੇ ਇਸ ਤੋਂ ਬਾਅਦ ਵਾਹਿਗੁਰੂ ਬਾਬਾ ਜੀ ਮੈਕਡੀ ਦੇ ਸਾਹਮਣੇ ਹੈਗੇ ਆ ਅਸੀਂ ਮੈਕਡੀ ਦੇ ਸਾਹਮਣੇ ਆਜੋ ਆਜੋ ਜੀ ਸਿੱਧੇ ਗਾਤਰੇ ਪਾਓ ਸਿੱਧੇ ਹਲੋ ਹਲੋ ਅਰੇ ਆਪਣੇ ਕੋ ਬੰਦਿਆਂ ਹੁਣ ਨਿਕਲ ਜਾ ਕਰ ਨਹਿਰ ਮਾ ਹੀ ਕੈਮਰੇ ਫੜੇ ਨਾ ਪਾਲਾ ਇਤਨਾ ਕ੍ਰੋਸ ਕਰਕੇ ਪਾਲਾ ਮਾਰੇ ਗੱਲ ਚ ਹੁਣ ਇਦਾਂ ਕਰਨਾ ਵਾ ਹੁਣ ਆਪਾਂ ਗੱਲ ਨਹੀਂ ਕਰਨੀ ਕੋਈ ਓ ਬਾਬਾ ਜੀ ਬਾਬਾ ਜੀ ਕੋਈ ਬੰਦ ਕਰ ਦੀ ਹਾਂ ਪੱਛੋ ਤਾਂ ਕੈਮਰੇ ਲੈ ਲਓ ਮੇਰੀ ਗੱਲ ਸੁਣ ਆਪਾਂ ਇਹਨਾਂ ਨਾਲ ਗੱਲ ਨਹੀਂ ਕਰਨੀ ਕੋਈ ਅੱਜ ਬਾਬਾ ਜੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਰਾਇਆ ਨਾ ਇਹਨਾਂ ਨੂੰ ਉਧਰਲੇ ਬੰਨੇ ਸੁੱਟੋ ਸਾਰੇ ਉਧਰਲੇ ਬੰਨੇ ਤੁਹਾਡੇ ਬੰਦੇ ਕਿੱਥੇ ਸਾਡੇ ਭਲਾਈ ਕੋਲ ਹੀ ਨਹੀਂ ਆ ਬਾਕੀ ਕਿੱਥੇ ਤੁਹਾਡੇ ਬੰਦੇ ਤੂੰ ਕੀ ਕਹਿਣ ਡਿਆ ਬਾਈ ਸਾਰੇ ਅਲੱਗ ਤੂੰ ਕਹਿਣਾ ਤੈਨੂੰ ਹੁਣੇ ਕੀ ਕਿਹਾ ਮੈਂ ਯਾਰ ਬਹੁਤ ਕੰਪਲੇਂਟਾਂ ਆਉਂਦੀਆਂ ਯਾਤਰੀ ਨਹੀਂ ਮੈਂ ਬਿਠਾ ਜਾਂ ਫਿਰ ਕਰ ਲਿੰਗ ਬਾਬਾ ਜੀ ਨਾਲ ਗੱਲ ਨਹੀਂ ਵਿਛਾਉਣੇ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਉੱਥੇ ਉਹ ਚੌਂਕ 'ਚ ਜਾਓ ਪਰੇ ਉਹਨਾਂ ਨੂੰ ਕਹਿ ਦਿਓ ਕੁੜੀਆਂ ਨੂੰ ਵੀ ਕਹਿ ਦਿਓ ਵੀ ਐਨ ਨੂੰ ਨਹੀਂ ਆਉਣਾ ਚਲੋ ਉਧਰ ਭਾਜੋ ਜੋ ਮੇਰੇ ਵੀ ਕਤੀੜ ਹੈ ਨਾ ਸਾਰੀ ਨਿਕਲ ਜੋ ਬਹੁਤ ਵਿਛਾਉਣੇ ਨਹੀਂ ਤੇ ਇਸ ਤੋਂ ਬਾਅਦ ਵਾਹਿਗੁਰੂ ਬਾਬਾ ਜੀ ਮੈਕਡੀ ਦੇ ਸਾਹਮਣੇ ਹੈਗੇ ਆ ਅਸੀਂ ਮੈਕਡੀ ਦੇ ਸਾਹਮਣੇ ਆਜੋ ਆਜੋ ਜੀ ਸਿੱਧੇ ਗਾਤਰੇ ਪਾਓ ਸਿੱਧੇ ਹਲੋ ਹਲੋ ਅਰੇ ਆਪਣੇ ਕੋ ਬੰਦਿਆਂ ਹੁਣ ਨਿਕਲ ਜਾ ਕਰ ਨਹਿਰ ਮਾ ਹੀ ਕੈਮਰੇ ਫੜੇ ਨਾ ਪਾਲਾ ਇਤਨਾ ਕ੍ਰੋਸ ਕਰਕੇ ਪਾਲਾ ਮਾਰੇ ਗੱਲ ਚ ਹੁਣ ਇਦਾਂ ਕਰਨਾ ਵਾ ਹੁਣ ਆਪਾਂ ਗੱਲ ਨਹੀਂ ਕਰਨੀ ਕੋਈ ਓ ਬਾਬਾ ਜੀ ਬਾਬਾ ਜੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਰਾਇਆ ਨਾ ਇਹਨਾਂ ਨੂੰ ਉਧਰਲੇ ਬੰਨੇ ਸੁੱਟੋ ਸਾਰੇ ਉਧਰਲੇ ਬੰਨੇ ਤੁਹਾਡੇ ਬੰਦੇ ਕਿੱਥੇ ਸਾਡੇ ਭਲਾਈ ਕੋਲ ਖਲੋਣਾ ਹੀ ਨਹੀਂ ਆ ਬਾਕੀ ਕਿੱਥੇ ਤੁਹਾਡੇ ਬੰਦੇ ਤੂੰ ਕੀ ਕਹਿਣ ਡਿਆ ਬਾਈ ਸਾਰੇ ਅਲੱਗ ਤੂੰ ਕਹਿਣਾ ਤੈਨੂੰ ਹੁਣੇ ਕੀ ਕਿਹਾ ਮੈਂ ਯਾਰ ਬਹੁਤ ਕੰਪਲੇਂਟਾਂ ਆਉਂਦੀਆਂ ਯਾਤਰੀ ਨਹੀਂ ਮੈਂ ਬਿਠਾ ਜਾਂ ਫਿਰ ਕਰ ਲਿੰਗ ਬਾਬਾ ਜੀ ਨਾਲ ਗੱਲ ਨਹੀਂ ਤੁਹਾਨੂੰ ਮੈਂ ਕਿਹਾ ਸੀ ਨਾ ਵੀ ਉੱਥੇ ਉਹ ਚੌਂਕ 'ਚ ਜਾਓ ਪਰੇ
ਵਾਹਿਗੁਰੂ ਬਾਬਾ ਜੀ ਮੈਕਡੀ ਦੇ ਸਾਹਮਣੇ ਹੈਗੇ ਆ ਅਸੀਂ ਮੈਕਡੀ ਦੇ ਸਾਹਮਣੇ ਆ ਜਾਓ ਜੀ।